नमस्कार, मैं हूँ आपके साथ अग्रिमा जादौन और आप देख रहे हैं जीवीएन 24 न्यूज। पटियाला जेल अक्सर सुर्खियों में रहती है, कभी कैदियों से फोन बरामद होने के कारण और कभी बड़े बड़े चेहरों को लेकर। मगर आज पटियाला के सरकारी राजेंद्र अस्पताल में उस वक्त हंगामा हो गया जब एक कैदी जो कि पटियाला जेल में एनडीपीएस के आरोप में बंद है, जिसका नाम हरमनजीत सिंह है, को मेडिकल के लिए लाया गया। उनके कैदी के वकील ऋषभ शर्मा ने बात करते हुए बताया कि हरमान को जेल प्रशासन की तरफ से पीटा गया है और हमने एप्लीकेशन लगाकर मेडिकल करवाने की परमिशन ली है। वहीं पुलिस हिरासत में ही हरमनजीत सिंह जोर जोर से चिल्ला कर बोल रहा था कि ये जेल के अंदर हमारे साथ मारपीट की जाती है और पुलिस के कुछ लोग पैसों की मांग करते हैं। हरमनजीत ने गंभीर आरोप लगाते हुए जेल में गुटका साहब की बेअदबी की बात भी कही, मगर उसके बारे में कोई पुख्ता जानकारी ना दे सका। इस बाबत जब जेल सुप्रिंटेंडेंट मनजीत सिंह टिवाना से फ़ोन पर बात हुई तो उन्होंने कहा कि सर्च अभियान में जब जेल प्रशासन ने इससे पास से फ़ोन बरामद किया तब इसने खुद को जख्मी करके ये नाटक किया है और इस पर फ़ोन रखने मामला दर्ज कर दिया गया है। इस पर पहले भी दो मामले मोबाइल रखने के दर्ज हैं, बाकी मारपीट के इल्ज़ाम सरासर झूठे हैं। ये व्यक्ति खुद से कहानियां गढ़ रहा है। ਮੇਰਾ ਨਾਮ ਜਗਰਾਜ ਸਿੰਘ ਹੈ ਜੀ। ਅੱਛਾ, ਕਿੱਥੋਂ ਆਏ ਹੋ ਤੁਸੀਂ? ਅਸੀਂ ਤਰਨਤਾਰਨ ਤੋਂ ਆਏ ਹਾਂ ਜੀ। ਜਿਹੜਾ ਵਿਅਕਤੀ ਹੁਣ ਕਸਟਡੀ ਸੀ, ਤੁਹਾਡਾ ਕੀ ਲੱਗਦਾ? ਇਹ ਮੇਰਾ ਸਾਲਾ ਜੀ। ਅੱਛਾ, ਕੀ ਮਾਮਲਾ ਕੀ ਹੈ ਜੀ? ਇਹ ਦੇਖੋ ਜੀ, ਸਾਨੂੰ ਪਰਸੋਂ ਰਾਤ ਫੋਨ ਗਿਆ ਵਾ, ਮਤਲਬ ਵਕੀਲ ਸਾਹਿਬ ਦਾ, ਵੀ ਤੁਹਾਡੇ ਬੰਦੇ ਨਾਲ ਕੁੱਟਮਾਰ ਅੰਦਰ ਹੋਈ ਆ ਅਤੇ ਉਹਦੇ ਸੰਬੰਧ ਵਿੱਚ ਅਸੀਂ ਮੈਡੀਕਲ ਕਰਵਾਉਣ ਆਏ ਹਾਂ ਅਤੇ ਸਾਨੂੰ ਵੀ ਮਿਲ ਨਹੀਂ ਦਿੱਤਾ ਗਿਆ ਅਤੇ ਇਲਜ਼ਾਮ ਲਗਾਇਆ ਜਾ ਰਿਹਾ ਵਾ ਵੀ ਇਹਦੇ ਕੋਲ ਮੋਬਾਈਲ ਬਰਾਮਦ ਹੋਇਆ ਅਤੇ ਐਡੀ ਜਿਹੜੀ ਸੈਂਸਿਟਿਵ ਜੇਲ੍ਹ ਆ ਜਿਹਦੇ ਵਿੱਚ ਨਵਜੋਤ ਸਿੱਧੂ ਬੰਦ ਵਾ, ਜਿਹਦੇ ਵਿੱਚ ਬਿਕਰਮ ਮਜੀਠੀਆ ਬੰਦ ਆ, ਇਸ ਜੇਲ੍ਹ ਦੇ ਵਿੱਚੋਂ ਮੋਬਾਈਲ ਮਿਲਣਾ ਸਰਕਾਰ 'ਤੇ ਸਵਾਲੀਆ ਨਿਸ਼ਾਨ ਆ। ਮਤਲਬ ਦੇਖੋ ਜੀ, ਸਾਡਾ ਬੰਦਾ 1.5 ਸਾਲ ਦੇ ਵਿੱਚੋਂ ਜੇਲ੍ਹ ਦੇ ਵਿੱਚ ਆ, ਉਹਦੇ ਕੋਲੋਂ ਕਿੱਦਾਂ ਮੋਬਾਈਲ ਚਲੇ ਗਿਆ, ਕਿਵੇਂ ਮਿਲਿਆ, ਇਹ ਸਰਾਸਰ ਝੂਠ ਵਾ। ਆਪਣੇ ਕੋਲੋਂ ਮੋਬਾਈਲ ਕਹਿ ਕੇ ਪਾ ਕੇ ਅਤੇ ਪਰਚਾ ਕਰ ਦਿੰਦੇ ਆ, ਦੋ ਪਰਚੇ ਅੱਗੇ ਕੀਤੇ, ਤੀਜਾ ਹੁਣ ਕਰਤਾ। ਕਿਹੜੇ ਕੇਸ 'ਤੇ ਆ ਤੁਹਾਡਾ ਬੰਦਾ? ਐਨਡੀਪੀਐਸ 'ਤੇ। ਇਹ ਪਹਿਲਾਂ ਵੀ ਤਾਂ ਮੋਬਾਈਲ ਦਾ ਪਰਚਾ? ਹਾਂਜੀ, ਪਹਿਲਾਂ ਵੀ ਪਿਆ ਜੀ ਇਹ। मतलब क्लियर हो सकता ना, मतलब सानू इहदे बारे कुछ, बस सानू कुटमार दा पता लगा ते असीं आए अज इत्थे मैडिकल करवाउण ते पर सानू मिल नहीं दित्ता उन्होंने। ਤੁਹਾਡੇ ਵਕੀਲ ਵੱਲੋਂ ਕੋਈ ਕੀਤੀ ਜਾ ਰਹੀ ਹੈ ਕਾਰਵਾਈ? ਹਾਂਜੀ, ਸਾਡੇ ਵਕੀਲ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ। ਕਿੱਦਾਂ ਦੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਆ ਵੀ ਸਾਨੂੰ ਮਤਲਬ ਇਨਸਾਫ ਦਵਾਇਆ ਜਾਵੇ ਤੇ ਨਜਾਇਜ਼ ਪਰਚਾ ਰੱਦ ਕੀਤਾ ਜਾਵੇ। ਜਿਹੜਾ ਮੈਡੀਕਲ ਅੱਜ ਹੋਇਆ ਉਸ ਕੁਛ ਆਇਆ ਕੁੱਟਮਾਰ ਆਈ ਹੈ ਜੀ? ਉਹ ਅਜੇ ਰਿਪੋਰਟ ਆਉਣੀ ਹੈ ਜੀ, ਅਜੇ ਸਾਡੇ ਕੋਲ ਪਹੁੰਚੀ ਨਹੀਂ ਰਿਪੋਰਟ। ਨਾਮ ਦੇ ਯਾਰ ਤੇ ਹਾਂ ਜੀ, ਰੁਪਿੰਦਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਿਸ਼ਭ ਸ਼ਰਮਾ, ਐਡਵੋਕੇਟ ਆ। ਐਡਵੋਕੇਟ ਸਾਹਿਬ, ਜਿਹੜਾ ਅੱਜ ਕੇਸ ਆਇਆ ਤੁਹਾਡੇ ਕੋਲ ਜੀ? ਮੇਰੇ ਕੋਲ ਆ। ਕੀ ਨਾਮ ਹੈ ਉਸਦਾ ਬੰਦੇ ਦਾ? ਇਹਦਾ ਨਾਮ ਹਰਮਨਜੀਤ ਸਿੰਘ ਔਰ ਫਰਮਨ ਹੈ। ਅੱਛਾ, ਕੀ ਮੁਕੱਦਮਾ ਇਹਦੇ 'ਤੇ ਜੀ? ਇਹਦੇ 'ਤੇ ਆਲਰੇਡੀ ਇੱਕ ਮੁਕੱਦਮਾ ਐਨਡੀਪੀਐਸ ਦਾ ਚੱਲ ਰਿਹਾ, 31 ਨੰਬਰ ਮੁਕੱਦਮਾ 2021 ਦਾ, ਅਤੇ ਪੀਐਸ ਸਦਰ ਕੁਰਾਲੀ ਰੋਪੜ। ਅੱਛਾ ਜੀ, ਅਤੇ ਕਿੰਨੇ ਸਾਲ ਦੀ ਸਜ਼ਾ ਭੁਗਤ ਰਿਹਾ ਹੈ? ਨਹੀਂ, ਇਹ ਅੰਦਰ ਹੈਗਾ 12 ਮਹੀਨਿਆਂ, 13 14 ਮਹੀਨਿਆਂ ਤੋਂ ਅੰਦਰ ਆ ਇਹ ਜੀ। ਦੇਖੋ ਜੀ, ਸਾਨੂੰ ਇੰਟੀਮੇਸ਼ਨ ਕੱਲ੍ਹ ਮਿਲੀ ਸੀਗੀ ਕਿ ਪਰਸੋਂ ਰਾਤ ਨੂੰ ਇਹਦੇ ਨਾਲ ਬਹੁਤ ਜ਼ਿਆਦਾ ਕੁੱਟਮਾਰ ਹੋਈ, ਇਹਨੂੰ 3rd degree ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਅਤੇ ਉਸ ਸੰਬੰਧੀ ਅਸੀਂ ਕੱਲ੍ਹ ਮਾਨਯੋਗ ਅਦਾਲਤ ਦੇ ਵਿੱਚ ਐਪਲੀਕੇਸ਼ਨ ਦਿੱਤੀ ਸੀ। ਬੋਰਡ ਆਫ ਡਾਕਟਰ ਅੱਜ ਬੈਠਿਆ, ਅੱਜ ਮੈਡੀਕਲ ਐਗਜ਼ਾਮੀਨੇਸ਼ਨ ਹੋਇਆ ਜਿਹਦੇ ਵਿੱਚ ਉਹਦੀਆਂ ਘੱਟੋ ਘੱਟ 15 ਤੋਂ 16 ਇੰਜਰੀਸ ਆਈਆਂ ਨੇ, ਮੇਨ ਇੰਜਰੀਸ ਆਈਆਂ ਨੇ। ਇਸ ਤੋਂ ਪਹਿਲਾਂ ਵੀ 14 ਤਰੀਕ 4th month ਨੂੰ ਮੇਜਰ ਕੁੱਟਮਾਰ ਹੋਈ ਸੀ ਅਤੇ ਜਿਹਦੇ ਸੰਬੰਧੀ ਮੈਡੀਕਲ ਆਲਰੇਡੀ ਹੈ, ਇੰਜਰੀ ਸਾਊਨ ਰਿਕਾਰਡ ਨੇ। ਇਹ ਸਿਰਫ ਇੱਕ ਕੈਦੀਆਂ ਉੱਪਰ ਕੱਢੀ ਜਾ ਰਹੀ ਖੁੰਦਕ ਦਾ ਮਾਮਲਾ ਹੁੰਦਾ ਕਿ ਤੁਸੀਂ ਜਦ ਕਿ ਕੋਈ ਅਫਸਰ ਹੈਗਾ ਇਹਨਾਂ ਨੂੰ ਹਿਊਮੈਨਿਟੀ ਨਾਲ ਟ੍ਰੀਟ ਕਰਨਾ ਚਾਹੀਦਾ, ਉਲਟਾ ਇਹ ਕੈਦੀਆਂ ਨੂੰ ਤੰਗ ਕਰਦੇ ਨੇ। ਉਹਨਾਂ 'ਤੇ ਜਦ ਕੁੱਟਿਆ ਜਾਂਦਾ ਕੈਦੀ ਫਿਰ ਮੋਬਾਈਲ ਫੋਨ ਪਾ ਦਿੱਤੇ ਜਾਂਦੇ ਨੇ ਕਿ ਇਹਦਾ ਮੋਬਾਈਲ ਯੂਜ਼ ਕਰ ਰਿਹਾ ਸੀ। ਮੇਰਾ ਇੱਕ ਸਵਾਲ ਆ ਸਰਕਾਰ ਨੂੰ, ਇੱਕ ਕੈਦੀ ਅਪਰੋਕਸੀਮੇਟ 1.5 ਸਾਲ ਦਾ ਅੰਦਰ ਬੰਦ ਹੈ, ਉਹਦੇ ਕੋਲ ਇੰਨੇ ਫੋਨ ਕਿੱਥੋਂ ਆ ਗਏ? ਤੁਸੀਂ ਇੱਕ ਪਰਚਾ ਸਾਲ ਪਹਿਲਾਂ ਪਾ ਦਿਆ, ਪਿਛਲੇ ਸਾਲ ਪਾ ਦਿਆ, ਇੱਕ ਪਰਚਾ 4th month ਪਾ ਦਿਆ ਜਦ ਤੁਸੀਂ ਕੁੱਟਿਆ, ਇੱਕ ਮੋਬਾਈਲ ਤੁਸੀਂ ਪਰਸੋਂ ਫਿਰ ਪਾਤਾ। ਕਾਰਨ ਕੀ ਹੈ, ਕੁੱਟਦੇ ਕਿਉਂ ਆ? ਇਹ ਕੁੱਟਦੇ ਨੇ, ਇਹ ਥੋੜ੍ਹੇ ਜਿਹੇ ਕੈਦੀ ਨੇ, ਇਹ ਚੁੱਕਦੇ ਨਹੀਂ, ਇਹ ਡਿਮਾਂਡ ਨਹੀਂ ਮੰਗਦੇ, ਜੇ ਕੋਈ ਪੈਸਾ ਮੰਗਦਾ ਪੈਸਾ ਨਹੀਂ ਦਿੰਦੇ। ਇਹ ਥੋੜ੍ਹੇ ਅਣਖੀ ਸੁਭਾਅ ਦੇ ਨੇ, ਜਿਵੇਂ ਆਪਣੇ ਪੰਜਾਬੀਆਂ ਦੀ ਨੇਚਰ ਹੁੰਦੀ ਆ ਕਿ ਆਪਾਂ ਕਿਸੇ ਅੱਗੇ ਦੱਬਣਾ ਨਹੀਂ, ਇਹ ਅਣਖੀ ਸੁਭਾਅ ਦੇ ਕੈਦੀ ਨੇ। ਇਹ ਨਹੀਂ ਜਰਦੇ ਗਲਤ ਚੀਜ਼ ਨੂੰ, ਬੋਲਦੇ ਨੇ, ਉਹਨਾਂ ਖਿਲਾਫਤ ਕਰਦੇ ਨੇ।
अधिकारी होणगे खुद भी हुण बोल के गया मैनू तुसीं कैमरे दे विच तुहाडे भी आ गई होणी बाइट ते किसी ने पैसे की मंग की सीगी नहीं दे पाया तो इहनूं थर्ड डिग्री दित्ती गई इसते झूठे मोबाइलों के परचे पाए गए मैनू एप्रीहेंशन है मेरे नाल अज सवेर दे इहदा परिवार आया होया पूरा उन्होंने एप्रीहेंशन है कि इहदे नाल कदे भी पटियाला जेल सेफ नहीं इहदे नाल कदे भी कुछ भी हो सकता है जी बिल्कुल अज इन्हों अज की ओपरचुनिटी मिली थी अज ये जाके इलाका मैजिस्ट्रेट को ड्यूटी मैजिस्ट्रेट को रिपोर्ट जमा कराउणगे ओदे बिहाफ ते अपां नूं मेन अगे पता चलेगा फर्दर के उस तो बाद अपना अगला स्टैप की होएगा जी इंजरी 15-16 इंजरीज आईया ने पूरी चैस्ट ते इंजरीज आईया ने पिठ ते 2x approximately 34 cm दे 6-6 मार्क आए ने जी जी कुछ इन्होंने दसिया कुटमार कर नाम जी ये इन्होंने मौके के 2 DSP का नाम दसिया कोई कॉन्सटेबल गिल ते एक कॉन्सटेबल होर सीगा ये 4 बंदे दे नाम नाल 17 अनआइडेंटिफाइड बंदे दसे सी कुछ उन्हें बेदबी दी भी गल कीती है कि जेल विच देखो जेल दे विच इहो जिहियां दुर्घटनावां होणियां आपां गुरुआं पीरां नूं मन्नण वाली धरती हैगे बहुत दुख हुंदा जद सुणदे आ कि जे बेअदबी कोई होई भी सी उहनूं सरकार क्यों लकोरी है उस ते तुसीं FIR दर्ज करके जां अनपछाते तुसीं कार्रवाई करो इहनें 3 बार 2 बार एप्लीकेशनां भी दित्तियां घट्टो घट्ट बेअदबी दा तां सुण लो नहीं तुसीं चलो मार कुटाई बंद करनी कोई दिक्कत नहीं है पर उहदे धार्मिक आस्था है और सिख रिलीजन नूं फॉलो करता है वह 2 times पाठ करना करने वाला मुंडा पर जो तुम यहोजा धक्का करोगे तो बहुत निंदनीय है बेभागा है तो ये जी सेंट्रल जेल है इन्हों तो सही तरीके चली नहीं जा रही जो मजीठिया साहब होर